ਪਹਿਲਾ ਵਾਈਸ ਚਾਂਸਲਰ ਵੇਖਿਆ ਜਿਹੜਾ ਚੜ੍ਹਦੇ ਵਾਲੇ ਪਾਸੇੋਂ ਆਉਂਦਾ ਹੈ ਇਧਰਲਾ ਪਾਸਾ ਬੰਦ ਰੱਖਦਾ ਸੁਣਿਆ ਕਿ ਵਸਤੂ ਸ਼ਾਸਤਰ ਨੂੰ ਕਹਿੰਦੇ ਉਹਨੂੰ ਲੱਗਿਆ ਵੀ ਵਸਤੂ ਸ਼ਾਸਤਰ ਕਰਕੇ ਉਹਨਾਂ ਨੇ ਇਹ ਰਾਹ ਬੰਦ ਕਰਤਾ ਇੱਥੇ ਗਮਲੇ ਲਾਤੇ ਸੈਨੇਟ ਦੇ ਇਲੈਕਸ਼ਨ ਕਰਵਾਏ ਜਾਣ ਉਸ ਚੀਜ਼ ਦਾ ਵਸਤੂ ਸ਼ਾਸਤਰ ਨਾਲ ਲੈਣਾ ਦੇਣਾ ਅੜਿਆਲ ਰਵਈਆ ਕਿਸੇ ਪੰਡਤ ਤੋਂ ਕਹਾਣਾ ਪੈਣਾ ਟੀਕਾ ਲਾ ਕੇ ਚੈੱਕ ਕਰਦੀਆਂ ਵੀ ਵਿਦਰੋਹ ਹੁੰਦਾ ਕਿ ਨਹੀਂ ਹੁੰਦਾ ਇਹਨਾਂ ਨੇ ਕਿਸਾਨੀ ਅੰਦੋਲਨ ਚ ਵੀ ਇਦਾਂ ਕੀਤਾ ਸੀ ਪਰ ਅੱਜ ਦੇਖ ਲਓ ਦਿੱਲੀ ਸਾਰਾ ਘੇਰੀ ਬੈਠਿਆ ਸਾਡੇ ਕਿਸਾਨ ਜਿੰਨੇ ਵੀ ਹਿੰਦੂਸਤਾਨ ਦੇ ਆ ਇਹਨਾਂ ਨੇ ਡੇਟ ਅਨਾਉਂਸ ਕਰਤੀ ਪਰ ਦੁਬਾਰਾ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਉਹੀ ਗੱਲ ਉੱਪਰੋਂ ਤੁਣਕਾ ਵਜਦਾ ਵਾਈਸ ਚਾਂਸਲਰ ਸਾਹਿਬ ਬਹਾਨਾ ਬਣਾ ਕੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਦਿੱਲੀ ਗਵਰਨਮੈਂਟ ਨੇ ਪਰਮਿਸ਼ਨ ਨਹੀਂ ਦਿੱਤੀ ਉੱਤਰਾਖੰਡ ਨੇ ਪਰਮਿਸ਼ਨ ਨਹੀਂ ਦਿੱਤੀ ਪੰਜਾਬ ਗਵਰਨਮੈਂਟ ਨੇ ਸਕੂਲ ਦਾ ਬਹਾਨਾ ਬਣਾਤਾ ਇਹ ਸਭ ਰਲੇ ਮਿਲੇ ਆ ਇਨਾਂ ਦਾ ਮੁੱਖ ਮੰਤਵ ਆ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਤੇ ਪੰਜਾਬ ਯੂਨੀਵਰਸਿਟੀ ਵਿੱਚ ਡੈਮੋਕਰੈਟਿਕ ਢਾਂਚੇ ਦਾ ਨਾਸ਼ ਕਰਨਾ ਉਹਨੂੰ ਬੰਦ ਕਰਨਾ। ਮਿੱਕੀ ਮਿੱਡੂ ਖੇੜਾ ਨਾਲ ਜੋ ਕੁਝ ਵਾਪਰਿਆ ਕੀ ਲੱਗਦਾ ਜਿਸ ਤਰੀਕੇ ਪ੍ਰਸ਼ਾਸਨ ਵੱਲੋਂ ਇਸ ਨੂੰ ਰੰਗ ਦਿੱਤਾ ਜਾ ਰਿਹਾ ਇੱਕ ਗੈਂਗਵਾਰ ਦਾ ਕੀ ਤੁਹਾਨੂੰ ਲੱਗਦਾ ਵੀ ਸਿਆਸਤ ਨੇ ਵੀ ਕੁਝ ਤੰਦਾ ਖਿੱਚੀਆਂ ਹੋਈਆਂ ਹੋ ਸਕਦੀਆਂ ਨੇ? ਸਸ਼ੀਗਰ ਮੈਂ ਕਰਨ ਹੰਡਾ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਇਸ ਵੇਲੇ ਪੰਜਾਬ ਯੂਨੀਵਰਸਿਟੀ ਪਹੁੰਚੇ ਹੋਏ ਹਾਂ ਜਿੱਥੇ ਕੀ ਲਗਾਤਾਰ ਸਿਆਸਤ ਦਾ ਅਸਰ ਦੇਖਣ ਨੂੰ ਮਿਲ ਰਿਹਾ ਸਿਆਸਤ ਜਿਹੜੀ ਸੈਂਟਰ ਤੋਂ ਸ਼ੁਰੂ ਹੁੰਦੀ ਹੈ ਤੇ ਸੂਬਿਆਂ ਤੱਕ ਮਾਰ ਕਰ ਰਹੀ ਹੈ ਸਿਆਸਤ ਜਿਹੜੀ ਮੰਤਰੀਆਂ ਤੋਂ ਸ਼ੁਰੂ ਹੋ ਕੇ ਵਿਦਿਆਰਥੀਆਂ ਤੱਕ ਪਹੁੰਚ ਕਰ ਰਹੀ ਹੈ ਸਾਡੇ ਨਾਲ ਅੱਜ ਇੱਕ ਅਜਿਹੇ ਸ਼ਖਸ ਮੌਜੂਦ ਨੇ ਜੋ ਕਿ ਵਿਦਿਆਰਥੀ ਵੀ ਨੇ ਤੇ ਨੇਤਾ ਵੀ ਨੇ ਆਗੂ ਨੇ ਸਿਆਸਦਾਨ ਨੇ ਨੌਜਵਾਨਾਂ ਵਾਸਤੇ ਇੱਕ ਚਿਹਰਾ ਨੇ ਯੂਨੀਵਰਸਿਟੀ ਦੇ ਵਿੱਚੋਂ ਸਰਗਰਮ ਰਹੇ ਨੇ ਰੋਬਿੰਡ ਦੀ ਗੱਲ ਕਰ ਰਿਹਾ ਮੈਂ ਜੀ ਸੋਈ ਨਾਲ ਜੁੜੇ ਹੋਏ ਨੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਇੱਥੇ ਤੇ ਰੋਬਿੰਡ ਸਵਾਗਤ ਹੈ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਵਾਸਤੇ ਇੱਕ ਸਵਾਲ ਹੈ ਕਿ ਤੁਸੀਂ ਇਸੇ ਯੂਨੀਵਰਸਿਟੀ ਚ ਸਰਗਰਮ ਰਹੇ ਹੋ ਨੌਜਵਾਨ ਆਗੂ ਬਣ ਕੇ ਉੱਭਰੇ ਹੋ ਲੋੜਾਂ ਸਮਝਦੇ ਹੋ ਪ੍ਰਸ਼ਾਸਨ ਦੀ ਕਾਰਜ ਸ਼ੈਲੀ ਵੀ ਸਮਝਦੇ ਹੋ ਕਿ ਕਿਸ ਤਰੀਕੇ ਕੰਮ ਕਰਦਾ ਹੈ ਇਹ ਜੀ ਬੇਰੁਖੀ ਪਹਿਲਾਂ ਦੇਖੀਏ ਕਿਵੇਂ ਤੇ ਨਹੀਂ ਦੇਖੀ ਤਾਂ ਫਿਰ ਬਦਲਾਅ ਕਿਵੇਂ ਆਇਆ ਮੈਂ ਪਿਛਲੇ 10 ਸਾਲ ਤੋਂ ਇਸ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਰਿਹਾ ਹਾਂ ਪਹਿਲਾਂ ਇੱਥੇ ਪੜ੍ਹਦੇ ਪਹਿਲਾਂ ਕਾਲਜ ਡੀਏਵੀ ਪাবਦੀ ਗ੍ਰੈਜੂਏਸ਼ਨ ਕੀਤੀ ਫਿਰ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਅੱਜ ਤੱਕ ਨਾ ਤਾਂ ਕਦੇ ਇਦਾਂ ਦਾ ਵਾਈਸ ਚਾਂਸਲਰ ਵੇਖਿਆ ਸੀ ਜਿਹੜਾ ਬੈਰੀਗੇਟ ਲਾ ਕੇ ਰੱਖੇ ਪਹਿਲਾਂ ਵੀ ਵਾਈਸ ਚਾਂਸਲਰ ਰਹੇ ਆ ਹਮੇਸ਼ਾ ਵਿਦਿਆਰਥੀਆਂ ਦੀ ਗੱਲ ਸੁਣਦੇ ਰਹੇ ਆ ਜਿੱਥੇ ਡੰਟਣਾ ਹੁੰਦਾ ਸੀ ਡਾਂਟ ਵੀ ਦਿੰਦੇ ਸੀ ਜਿੱਥੇ ਉਹਨਾਂ ਨੂੰ ਲੱਗਦਾ ਸੀ ਝੁਕਣਾ ਉੱਥੇ ਝੁਕ ਵੀ ਜਾਂਦੇ ਸੀ ਪਰ ਪਹਿਲਾ ਵਾਈਸ ਚਾਂਸਲਰ ਵੇਖਿਆ ਜਿਹੜਾ ਚੜ੍ਹਦੇ ਵਾਲੇ ਪਾਸੇੋਂ ਆਉਂਦਾ ਹੈ ਇਧਰਲਾ ਪਾਸਾ ਬੰਦ ਰ ਨੌਜਵਾਨੇ ਗਮਲੇ ਚੱਕਣ ਲੱਗੇ ਇਹ ਗੱਲ ਸੁਣਨ ਚਾਹੀ ਆ ਕਿ ਉਹਨਾਂ ਨੇ ਆ ਰਾ ਤਾਂ ਬੰਦ ਕੀਤਾ ਕਿ ਵਸਤੂ ਸ਼ਾਸਤਰ ਦੇ ਅਕੋਰਡਿੰਗ ਉਹਨਾਂ ਨੂੰ ਲੱਗਦਾ ਵੀ ਰਾ ਵੀ ਉਹ ਕਹਿੰਦੇ ਚੜ੍ਹਦੇ ਵਾਲੇ ਪਾਸੇ ਮੇਰਾ ਹੋਣਾ ਚਾਹੀਦਾ ਇਹੋ ਜੇ ਵਾਈਸ ਚਾਂਸਰ ਜਿਹੜੇ ਵਿਦਿਆਰਥੀਆਂ ਦੀ ਗੱਲ ਨਾ ਸੁਣ ਵਿਦਿਆਰਥੀ ਭੁੱਖੇ ਪਾਣੇ ਇੱਥੇ ਬੈਠੇ ਰਹਿਣ ਮੀਹਾਂ ਦੇ ਵਿੱਚ ਬੈਠੇ ਰਹਿਣ ਇਦਾਂ ਦਾ ਵਾਈਸ ਚਾਂਸਰ ਤੇ ਇਦਾਂ ਦਾ ਯੂਨੀਵਰਸਿਟੀ ਵਿੱਚ ਮਾਹੌਲ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਸੀ ਤੇ ਜਿਹੜੀ ਵਸਤੂ ਸ਼ਾਸਤਰ ਵਾਲੀ ਗੱਲ ਹੈ ਇਹ ਹੋ ਸਕਦਾ ਤੱਥਾਂ ਤੋਂ ਪਰੇ ਵੀ ਹੋਵੇ ਹੋ ਸਕਦਾ ਸੱਚ ਵੀ ਹੋਵੇ ਪਰ ਕਿਤੇ ਨਾ ਕਿਤੇ ਜੇ ਉਹ ਕਹਿੰਦੇ ਨੇ ਵੀ ਅਸੀਂ ਸੰਗ ਨਾਲ ਨਾਤਾ ਨਹੀਂ ਰੱਖਦੇ ਜਾਂ ਹੈ ਵੀ ਤਾਂ ਅਸੀਂ ਉਸ ਨੂੰ ਆਪਣੀ ਸਿਆਸਤ ਵਿੱਚ ਨਹੀਂ ਇਨਵੋਲਵ ਕਰ ਰਹੇ ਫਿਰ ਵਿਦਿਆਰਥੀ ਆਪਣੀ ਜਦੋਂ ਮੰਗ ਰੱਖਦੇ ਨੇ ਵੀ ਸੈਨੇਟ ਦੇ ਇਲੈਕਸ਼ਨ ਕਰਵਾਏ ਜਾਣ ਉਸ ਚੀਜ਼ ਦਾ ਵਾਸਤੂ ਸ਼ਾਸਤਰ ਨਾਲ ਲੈਣਾ ਦੇਣਾ ਅੜਿਆਲ ਰਵਈਆ ਕਿਸੇ ਪੰਡਤ ਤੋਂ ਕਹਾਣਾ ਪੈਣਾ ਹੁਣ ਨਹੀਂ ਉਹ ਉਮੀਦ ਤਾਂ ਇਹੀ ਲੱਗਦੀ ਹੈ ਕਿ ਪਰ ਵੇਖੋ ਸੋਚ ਆਉਂਦੀ ਆਉਂਦੀ ਆ ਇੱਕ ਸੋਚ ਚੰਗੀ ਹੁੰਦੀ ਹੈ ਇੱਕ ਸੋਚ ਮਾੜੀ ਹੁੰਦੀ ਆ ਪਰ ਜੋ ਅੱਜ ਆਰਐਸਐਸ ਬੀਜੇਪੀ ਦੀ ਸੋਚ ਆ ਉਹਨਾਂ ਦੇ ਜੋ ਹੱਥ ਠੋਕੂ ਇਥੋਂ ਦੇ ਵਾਈਸ ਚਾਂਸਲਰ ਆ ਜੋ ਉਹਨਾਂ ਦੀ ਸੋਚ ਆ ਕੀ ਸੋਚ ਆ ਆਪਾਂ ਨੂੰ ਪਹਿਲਾਂ ਸਮਝਣ ਦੀ ਲੋੜ ਆ ਉਹ ਸੋਚ ਆ ਕਿ ਜੋ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਜੋ ਆਪੋਜੀਸ਼ਨ ਦੀ ਭੂਮਿਕਾ ਅਦਾ ਕਰਦੀ ਹੈ ਸੈਨੇਟ ਉਹਨੂੰ ਖਤਮ ਕਰ ਦਿੱਤਾ ਜਾਵੇ ਅੱਜ ਸੈਨੇਟ ਨੂੰ ਖਤਮ ਕਰੀਏ ਕੱਲ ਨੂੰ ਜੋ ਵਿਦਿਆਰਥੀ ਚੋਣਾ ਹੁੰਦੀਆਂ ਵਿਦਿਆਰਥੀਕ ਪੈਰਲਰ ਬਾਡੀ ਆ ਜਿਹੜੀ ਕੁਐਸਚਨ ਜਿਹੜੀ ਕੁਐਸਚਨ ਕਰ ਸਕਦੀ ਹੈ ਵਾਈਸ ਚਾਂਸਰਨ ਨੂੰ ਡੀਨਸ ਨੂੰ ਕਿ ਤੁਸੀਂ ਵਿਦਿਆਰਥੀਆਂ ਦਾ ਧੱਕਾ ਕਰਦੇ ਹੋ ਉਹਨੂੰ ਖਤਮ ਕਰ ਦਿੱਤਾ ਜਾਵੇ ਸਿੰਡੀਗੇਟ ਜਿਹਦੇ ਵਿੱਚ ਇਲੈਕਟਿਡ ਬੰਦੇ ਹੁੰਦੇ ਆ ਉੱਥੇ ਆਪਦੇ ਨੋਮੀਨੇਟਡ ਭੇਜਣਾ ਚਾਹੁੰਦੇ ਆ ਸੋ ਕਿਤੇ ਨਾ ਕਿਤੇ ਇਹਨਾਂ ਦੀ ਸੋਚ ਇਹਨਾਂ ਦੀ ਨੀਤ ਦੇ ਵਿੱਚ ਸਾਨੂੰ ਖਰਾਬੀ ਲੱਗਦੀ ਆ ਕਿ ਇਹ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨੌਜਵਾਨ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਇਦਾਂ ਦੇ ਸੂਰਮੇ ਪੈਦਾ ਹੋਣ ਜਿਹੜੇ ਕਿ ਜੇ ਦੇਸ਼ ਦੇ ਵਿੱਚ ਕੁਝ ਗਲਤ ਹੋ ਰਿਹਾ ਤਾਂ ਉਹਦੀ ਆਵਾਜ਼ ਚੱਕਣ ਇਹ ਚਾਹੁੰਦੇ ਆ ਕਿ ਦੇਸ਼ ਦੇ ਨੌਜਵਾਨਾਂ ਨੂੰ ਗੁਲਾਮ ਕਰ ਲਿਆ ਜਾਵੇ ਤੇ ਜਿਹੜਾ ਡੈਮੋਕ੍ਰੈਟਿਕ ਢਾਂਚਾ ਉਹ ਹੌਲੀ ਹੌਲੀ ਕਾਲਜਾਂ ਤੋਂ ਖਤਮ ਕਰਦੇ ਕਰਦੇ ਐਂਡ ਇਹ ਸ਼ੁਰੂਆਤ ਇਦਾਂ ਹੀ ਕਰਦੀਆਂ ਸਰਕਾਰਾਂ ਇਹ ਟੀਕਾ ਲਾ ਕੇ ਚੈੱਕ ਕਰਦੀਆਂ ਵੀ ਵਿਦਰੋਹ ਹੁੰਦਾ ਕਿ ਨਹੀਂ ਹੁੰਦਾ ਇਹਨਾਂ ਨੇ ਕਿਸਾਨੀ ਅੰਦੋਲਨ ਚ ਵੀ ਇਦਾਂ ਕੀਤਾ ਸੀ ਪਰ ਅੱਜ ਦੇਖ ਲਓ ਦਿੱਲੀ ਸਾਰਾ ਘੇਰੀ ਬੈਠਿਆ ਸਾਡੇ ਕਿਸਾਨ ਜਿੰਨੇ ਵੀ ਹ ਇੱਕ ਇੱਕ ਹੋਰ ਅਪਡੇਟ ਜਿਹੜੀ ਆ ਰਹੀ ਹੈ ਕਿ ਪੀਯੂ ਪੈਨਲ ਨੇ ਇੱਕ ਬੈਠਕ ਕੀਤੀ ਹੈ ਜਿਹੜਾ ਅੰਡਰ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਸ਼ਨ ਕੋਰਸਸ ਦਾ ਐਂਟ੍ਰੀ ਐਗਜ਼ਾਮ ਸੀ ਉਹਦੀ 5 ਸਤੰਬਰ ਤਰੀਕ ਸੀ ਉਸ ਨੂੰ ਹੁਣ ਇਹਨਾਂ ਨੇ ਕਿਹਾ ਵੀ 19 ਤੱਕ ਕਰ ਦਿਓ ਲੇਟ ਕਰ ਦਿਓ ਫਿਰ ਹਰ ਹਰੇਕ ਚੀਜ਼ ਮਲਤਵੀ ਹੁੰਦੀ ਜਾ ਰਹੀ ਹੈ ਅੱਗੇ ਅੱਗੇ ਪਾਈ ਜਾ ਰਹੀ ਹੈ ਕਿ ਉਹ ਵੀ ਇਸੇ ਮੁਹਿੰਮ ਦਾ ਇਹਨਾਂ ਦਾ ਹਿੱਸਾ ਸਾਰਾ ਇਸੇ ਮੁਹਿੰਮ ਦਾ ਹਿੱਸਾ ਜੀ ਪਹਿਲਾਂ ਪਿਛਲੇ ਸਾਲ ਅਗਸਤ ਦੀ ਡੇਡ ਦਿੱਤੀ ਫਿਰ ਐਤ ਕੀ ਫਿਰ ਡੇਡ ਦਿੱਤੀ ਫਿਰ 18 ਅਗਸਤ ਨੂੰ ਡੇਡ ਦੇਤੀ ਉਦੋਂ ਫਿਰ ਸਾਡੀ ਆਰਗੇਨਾਈਜੇਸ਼ਨ ਵੱਲੋਂ ਇੱਥੇ ਲਗਾਤਾਰ 10 ਦਿਨ ਧਰਨਾ ਲਾਇਆ ਗਿਆ ਦਿਨ ਰਾਤ ਮੁੰਡੇ ਇੱਥੇ ਬੈਠੇ ਰਹੇ ਉਹਨਾਂ ਦੀ ਸਾਰੇ ਜਿੰਨੀਆਂ ਸਟੂਡੈਂਟ ਬਾਡੀਜ਼ ਨੇ ਉਹਨਾਂ ਨੇ ਸਮਰਥਨ ਵੀ ਕੀਤਾ ਅਸੀਂ ਇਹਨਾਂ ਨੂੰ ਸਿੱਧਾ ਕਹਤਾ ਸੀ ਕਿ ਆਏ ਮਹੀਨਾ ਚੱਲੇ 2 ਮਹੀਨਾ ਚੱ ਤਾਂ ਇਹਨਾਂ ਨੇ ਦਬਾਅ ਚ ਆ ਕੇ ਇਹਨਾਂ ਨੇ ਡੇਟ ਅਨਾਉਂਸ ਕਰਤੀ ਪਰ ਦੁਬਾਰਾ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਲੱਗਿਆ ਉਹੀ ਗੱਲ ਉਪਰੋਂ ਤੁਣਕਾ ਵਜਦਾ ਵਾਈਸ ਚਾਂਸਲ ਸਰਬ ਬਹਾਨਾ ਬਣਾ ਕੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਦਿੱਲੀ ਗਵਰਨਮੈਂਟ ਨੇ ਪਰਮਿਸ਼ਨ ਨਹੀਂ ਦਿੱਤੀ ਉੱਤਰਾਖੰਡ ਨੇ ਪਰਮਿਸ਼ਨ ਨਹੀਂ ਦਿੱਤੀ ਪੰਜਾਬ ਗਵਰਨਮੈਂਟ ਨੇ ਸਕੂਲ ਦਾ ਬਹਾਨਾ ਬਣਾਤਾ ਇਹ ਸਭ ਰਲੇ ਮਿਲੇ ਆ ਇਹਨਾਂ ਦਾ ਮੁੱਖ ਮੰਤਵ ਆ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣਾ ਤੇ ਪੰਜਾਬ ਯੂਨੀਵਰਸਿਟੀ ਵਿੱਚ ਡੈਮੋਕਰੈਟਿਕ ਢਾਂਚੇ ਦਾ ਨਾਸ਼ ਕਰਨਾ ਉਹਨੂੰ ਬੰਦ ਕਰਨਾ ਅੱਜ ਤੁਸੀਂ ਇੱਥੇ ਬੈਠੇ ਹੋ ਮਜੀਠੀਆ ਸਾਹਿਬ ਵੀ ਆ ਕੇ ਗਏ ਹੁਣ ਇੰਨਾ ਚਰਚਿਤ ਮੁੱਦਾ ਦੇ ਨਹੀਂ ਸਰਕਾਰੀ ਤਾਂ ਅਗਲਾ ਐਕਸ਼ਨ ਪਲਾਨ ਕੀ ਹੈ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਵਾਈਸਟੈਂਸਰ ਸਰ ਨੂੰ ਇੱਕ ਅਪੀਲ ਕਰਦਾ ਕਿ ਇਸ ਮੁੱਦੇ ਦਾ ਛੇਤੀ ਤੁਸੀਂ ਇੱਕ ਦੋ ਦਿਨਾਂ ਦੇ ਵਿੱਚ ਹੱਲ ਕਰ ਦਿਓ ਕਿਤੇ ਇਹ ਨਾ ਹੋਵੇ ਕਿ ਕਿਸਾਨ ਮੁੱਦੇ ਨੂੰ ਵੀ ਦਿੱਲੀ ਬੈਠੇ ਤੁਹਾਡੇ ਪ੍ਰਧਾਨ ਮੰਤਰੀ ਨੇ ਬੜਾ ਹਲਕਾ ਤੇ ਬੜਾ ਛੋਟਾ ਲਿਆ ਸੀ ਕਿ ਤਾਂ ਇਕੱਲੇ ਪੰਜਾਬ ਦਾ ਅੰਦੋਲਨਾ ਪੰਜਾਬ ਦੇ ਕੁਝ ਕਿਸਾਨਾਂ ਦਾ ਅੰਦੋਲਨਾ ਤੇ ਅੱਜ ਉਹ ਦੇਸ਼ ਦਾ ਨਹੀਂ ਦੁਨੀਆ ਦੇ ਕਿਸਾਨਾਂ ਦਾ ਅੰਦੋਲਨ ਬਣ ਚੁੱਕਿਆ ਕਿਤੇ ਤੁਹਾਡੇ ਉਹੀ ਗਲਤੀ ਵਾਈਸਟੈਂਸਰ ਸਰ ਤੁਸੀਂ ਨਾ ਕਰ ਲਿਓ ਉਹੀ ਗਲਤੀ ਨਾ ਅਧਰਾਲਿਓ ਕਿਤੇ ਤੁਸੀਂ ਸੋਚੋ ਕਿ ਇਹ ਛੋਟਾ ਜਿਹਾ ਅੰਦੋਲਨਾ ਸਾਹ 150 ਜਾਣਾ ਬੈਠਾ ਯੂਨੀਵਰਸਿਟੀ ਚਾਹੇ ਤੁਸੀਂ ਬੰਦ ਕੀਤੀ ਵੀ ਹੈ ਤੁਹਾਨੂੰ ਪਤਾ ਜੀ ਯੂਨੀਵਰਸਿਟੀ ਕਾਲਜ ਲੱਗ ਗਏ ਤੇ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਆ ਜਾਣਗੇ ਪਰ ਫਿਰ ਵੀ ਸਾਡਾ ਪਲਾਨ ਆਫ ਐਕਸ਼ਨ ਹੈ ਵੀਰਵਾਰ ਨੂੰ ਸਾਰੀਆਂ ਸਟੂਡੈਂਟ ਬਾਡੀਜ਼ ਅਸੀਂ ਆਟਮ ਬਲੌਕ ਕਿਰ ਰਹੇ ਹਾਂ ਉਸ ਤੋਂ ਬਾਅਦ ਵੀ ਜੇ ਇਹਨਾਂ ਦੇ ਥੋੜੇ ਕੈਂਤਰਾ ਗੰਨ ਤੇ ਜੂ ਨਹੀਂ ਸਰਕਦੀ ਤਾਂ ਇੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਨੌਜਵਾਨ ਇਕੱਠੇ ਹੋ ਕੇ ਗਵਰਨਰ ਸਾਹਿਬ ਨੂੰ ਚਿੱਠੀ ਦੇ ਕੇ ਆਵਾਂਗੇ ਜੇ ਉਸ ਤੋਂ ਬਾਅਦ ਵੀ ਨਹੀਂ ਮੰਨਦੇ ਤਾਂ ਫਿਰ ਅਗਲਾ ਪਲਾਨ ਆਫ ਐਕਸ਼ਨ ਜਿਵੇਂ ਵੀ ਸਾਡੀ ਸਾਰੀ ਆਰਗੇਨਾਈਜੇਸ਼ਨ ਨਾਲ ਗੱਲਬਾਤ ਕਰਕੇ ਜਿੰਨੇ ਵੀ ਵੀ ਸੈਨੇਟ ਗ੍ਰੈਜੂਏਸ਼ਨ ਦਾ ਇਲੈਕਸ਼ਨ ਲੜਨਾ ਚਾਹੁੰਦੇ ਆ ਉਹ ਸਾਰੇ ਇੱਥੇ ਆਉਣ ਤੁਹਾਡਾ ਫਰਜ ਬਣਦਾ ਤੁਸੀਂ ਜਿਹੜੋ ਕਿਤੇ ਵੋਟਾਂ ਲੈਣ ਜਾਣੇ ਉਹਦੋਂ ਕਹਿੰਦੇ ਯਾਰ ਆ ਏਰੀਆ ਮੇਰਾ ਏਰੀਆ ਮੇਰਾ ਤੂੰ ਉੱਥੋਂ ਵੋਟਾਂ ਮੰਗ ਲੈ ਜੇ ਇਲੈਕਸ਼ਨ ਲੜਨਾ ਜੇ ਤੁਹਾਨੂੰ ਇਹ ਆ ਤੁਹਾਨੂੰ ਫਿਕਰ ਆ ਤਾਂ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਜਿੰਨੇ ਵੀ ਇਲੈਕਸ਼ਨ 43 ਜਾਣੇ ਆ 43 ਦੇ 43 ਇੱਥੇ ਆ ਕੇ ਬੈਠੋ ਇੱਕ ਜਣਾ ਨਾ ਬੈਠੋ ਕੱਲਾ ਬਿੱਲਾ ਬੈਠਾ ਸਾਰਿਆਂ ਦਾ ਫਰਜ਼ ਬਣਦਾ ਇੱਥੇ ਆ ਕੇ ਬਹਿਣ ਦਾ ਹਾਂ ਵਿਦਿਆਰਥੀ ਜਥੇਬੰਦੀਆਂ ਤੁਹਾਡੇ ਨਾਲ ਆ ਐਸਓਆਈ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਖੜੀ ਸੀ ਖੜੀ ਹੈ ਤੇ ਖੜੀ ਰਹੂਗੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਵੀ ਅੱਜ ਸਾਡੇ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਜਨਰਲ ਸੈਕਟਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਆ ਉਹ ਵਿਸ਼ੇਸ਼ ਤੌਰ ਤੇ ਇੱਥੇ ਆਏ ਸੀ ਇਹੀ ਵਿਸ਼ਵਾਸ ਦਵਾ ਕੇ ਗਏ ਆ ਕਿ ਸਟੂਡੈਂਟ ਬੋਡੀ ਦੇ ਨਾਲ ਨਾਲ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਇਸ ਮੁੱਦੇ ਤੇ ਸ਼ ਪਾਰਲੀਮੈਂਟ ਵਿਵਾਜੀ ਹਰਸ਼ਮ੍ਰਿਤ ਕੌਰ ਬਾਦਲ ਆਲਰੇਡੀ ਪਹਿਲਾਂ ਹੀ ਆਪਦਾ ਵਫਦ ਲੈ ਕੇ ਐਮਬੀਐਸ ਦਾ ਵਾਈਸ ਚਾਂਸਲਰ ਆਫ ਇੰਡੀਆ ਨੂੰ ਮਿਲ ਚੁੱਕਿਆ ਹੈ ਸਬੰਧ ਦੇ ਵਿੱਚ ਉੱਥੋਂ ਅਸੀਂ ਧੰਨਵਾਦ ਵੀ ਕੀਤਾ ਸੀ ਵਾਈਸ ਚਾਂਸਲਰ ਸਾਹਿਬ ਦਾ ਕਿ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਪ੍ਰਧਾਨ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਯੂਨੀਵਰਸਿਟੀ ਦੇ ਢਾਂਚੇ ਨਾਲ ਇਨ ਬੰਨੀ ਰਵਾਂਗੇ ਭੋਰਾ ਵੀ ਛੇੜਛਾੜ ਨਹੀਂ ਕਰਾਂਗੇ ਪਰ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਚਾਂਸਲਰ ਸਰ ਨੂੰ ਵੀ ਅਪੀਲ ਕਰਦੇ ਹਾਂ ਕਿ ਸਰ ਤੁਹਾਡਾ ਹੱਥ ਠੋਕੂ ਵਾਈਸ ਚਾਂਸਲਰ ਨੌਜਵਾਨਾਂ ਦੀ ਆਵਾਜ਼ ਦੁਬਾਰਾ ਡੈਮੋਕ੍ਰੈਟਿਕ ਵੇ ਦੇ ਨਾਲ ਜੋ ਇਲੈਕਸ਼ਨ ਹੁੰਦਾ ਹੈ ਕਾਪੋਜੀਸ਼ਨ ਦੀ ਭੂਮਿਕਾ ਅਦਾ ਕਰਦੀ ਹੈ ਸੈਨੇਟ ਉਹਨੂੰ ਦੁਬਾਰਾ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਵਿਦਿਆਰਥੀਆਂ ਨੂੰ ਗੁਲਾਮ ਹੋਣੋਂ ਗਲਾਮ ਹੋਣ ਵਾਲੇ ਪਾਸੇ ਨਾਲ ਲੈ ਕੇ ਜਾਓ ਵਿਦਿਆਰਥੀ ਦੇਸ਼ ਦੀ ਰੀੜ ਦੀ ਹੱਡੀ ਆ ਹਰ ਅੰਦੋਲਨ ਦੇ ਵਿੱਚ ਜਦੋਂ ਵੀ ਕਿਤੇ ਦੇਸ਼ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਵੀ ਅੰਦੋਲਨ ਹੋਇਆ ਤਾਂ ਉਹ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਤੇ ਵਿਦਿਆਰਥੀਆਂ ਦੀ ਤਾਕਤ ਨੂੰ ਘੱਟ ਨਾ ਜਾਣੋ ਇੱਕ ਆਖਰੀ ਸਵਾਲ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲਵਾਵਾਂਗਾ ਆਖਰੀ ਸਵਾਲ ਮੈਨੂੰ ਇੰਜ ਜਾਪਦਾ ਹੈ ਕਿ ਤੁਹਾਡੇ ਵਾਸਤੇ ਉਜ਼ਾਤੀ ਸਵਾਲਾਂ ਨੂੰ ਮੈਂ ਕਹਾਂਗਾ ਪਰਸਨਲ ਕਹਾਂਗਾ ਮੈਂ ਗੱਲ ਕਰ ਰਿਹਾ ਵਿੱਕੀ ਮਿੱਡੂ ਖੇੜਾ ਨਾਲ ਜੋ ਕੁਝ ਵਾਪਰਿਆ ਕੀ ਲੱਗਦਾ ਜਿਸ ਤਰੀਕੇ ਪ੍ਰਸ਼ਾਸਨ ਵੱਲੋਂ ਇਸ ਨੂੰ ਰੰਗ ਦਿੱਤਾ ਜਾ ਰਿਹਾ ਇੱਕ ਗੈਂਗਵਾਰ ਦਾ ਇਹ ਤੁਹਾਨੂੰ ਲੱਗਦਾ ਵੀ ਸਿਆਸਤ ਨੇ ਵੀ ਕੁਝ ਤੰਦਾ ਖਿੱਚੀਆਂ ਹੋਈਆਂ ਹੋ ਸਕਦੀਆਂ ਨੇ ਨਹੀਂ ਵੇਖੋ ਵਿੱਕੀ ਮਿੱਡੂ ਖੇੜਾ ਸਾਡਾ ਭਰਾ ਸੀ ਉਹਦੀ ਐਸਓਆਈ ਲਈ ਬਹੁਤ ਵੱਡੀ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਦੀ ਜੇ ਇਸ ਯੂਨੀਵਰਸਿਟੀ ਕੀ ਪੰਜਾਬ ਦੇ ਵਿੱਚ ਜੜ੍ਹ ਲੱਗੀ ਆ ਤਾਂ ਉਹ ਜੜ੍ਹ ਲਾਉਣ ਵਾਲਾ ਵਿੱਕੀ ਮਿੱਡੂ ਖੇੜਾ ਸੀ 2015 ਦੇ ਵਿੱਚ ਉਹਦੀ ਰਹਿਨਮਾਈ ਹੇਠ ਇੱਥੇ ਅਸੀਂ ਚੋਣਾਂ ਜਿੱਤੇ ਉਸ ਤੋਂ ਬਾਅਦ 2019 ਦੇ ਵਿੱਚ ਦੁਬਾਰਾ ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਲੋਕ ਇਹ ਕਹਿੰਦੇ ਸੀ ਕਿ ਸੋਈ ਇੱਥੇ ਲਗਾਤਾਰ ਦੋ ਵਾਰ ਇਲੈਕਸ਼ਨ ਆ ਰਹੀ ਹੁਣ ਕਦੇ ਨਹੀਂ ਆ ਸਕਦੀ ਤਾਂ ਦੁਬਾਰਾ ਫਿਰ ਜੇ ਕਿਸੇ ਨੇ ਝੰਡਾ ਬੁਲੰਦ ਕੀਤਾ ਤਾਂ ਉਹ ਵਿੱਕੀ ਮਿੱਡੂ ਖੜਾ ਸੀ ਉਹਦੇ ਜਾਣ ਦਾ ਸਮੁੱਚੇ ਇਕੱਲੀ ਐਸਓਈ ਨਹੀਂ ਜਿੰਨੀਆਂ ਵਿਦਿਆਰਥੀ ਜੱਥੇਬੰਦੀਆਂ ਜਿੰਨੇ ਪੰਜਾਬ ਦੇ ਨੌਜਵਾਨਾ ਸਭ ਨੂੰ ਦੁੱਖ ਆ ਬੜਾ ਹਰਮਨ ਪਿਆਰਾ ਹਸਮੁਖ ਸਾਡਾ ਭਰਾ ਸੀ ਜੋ ਕਿਸੇ ਕਾਰਨਾ ਕਰਕੇ ਪ੍ਰਮਾਤਮਾ ਨੇ ਸਾਡੇ ਤੋਂ ਖੋਲਿਆ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਉਹਨਾਂ ਨੂੰ ਛੇਤੀ ਫੜ ਕੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਚਾਹੀਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਔਰ ਤੁਸੀਂ ਸੁਣਿਆ ਕਿ ਰੋਬਿਨ ਵੱਲੋਂ ਸਟੂਡੈਂਟਸ ਨੂੰ ਗੁਹਾਰ ਲਾਈ ਜਾ ਰਹੀ ਹੈ ਜਿਹੜੇ ਵੀ ਯੂਨੀਵਰਸਿਟੀ ਨਾਲ ਜੁੜੇ ਹੋਏ ਨੇ ਔਰ ਜਿਹੜੇ ਖਾਸ ਕਰਕੇ ਸੈਨੇਟ ਇਲੈਕਸ਼ਨਸ ਦੇ ਵਿੱਚ ਆਪਣੀ ਨੁਮਾਇੰਦਗੀ ਰੱਖ ਰਹੇ ਨੇ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਤਾਂਕਿ ਵੱਧ ਤੋਂ ਵੱਧ ਜਿਹੜਾ ਹੈ ਦਬਾਅ ਇਸ ਪ੍ਰਸ਼ਾਸਨ ਉੱਤੇ ਪਾਇਆ ਜਾ ਸਕੇ ਪੀਯੂ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾਣ ਵੀਸੀ ਤੋਂ ਉਹਨਾਂ ਦੀਆਂ ਜੜੀਆਂ ਨੇ ਗਲਤੀਆਂ ਨੇ ਸੁਧਰਵਾਈਆਂ ਜਾਣ ਸੋ ਬਹੁਤ ਬਹੁਤ ਸ਼ੁਕਰੀਆ ਜੀ